ਸਰਦਾਰ ਡੋਗਰ ਡੋਗਰ ਮੋਟਰ ਨਨਕਾਣਾ ਸਾਹਿਬ ਤੋਂ ਜੀ। ਅੱਜ ਮਾਸ਼ਾਅੱਲਾ ਅਸੀਂ ਆਪਣੇ ਭਾਈ ਦੇ ਕੋਲ ਆਏ ਸਾਂ ਮਲਕ ਸ਼ਾਹ ਸਾਹਿਬ ਕੋਲ, ਔਰ ਰਾਤ ਅਸੀਂ ਇਹਨਾਂ ਦੇ ਕੋਲ ਰਹੇ ਹਾਂ, ਔਰ ਹੁਣ ਮਾਸ਼ਾਅੱਲਾ ਅਸੀਂ ਏਅਰਪੋਰਟ 'ਤੇ ਪਹੁੰਚ ਗਏ ਹਾਂ। ਸਾਨੂੰ ਇਹਨਾਂ ਨੇ ਪਹੁੰਚਾ ਦਿੱਤਾ, ਹੁਣ ਅੱਲਾ ਕਹਿਰ ਕੀਤੀ ਅਤੇ ਸਾਡੀ ਰਵਾਨਗੀ ਹੈ ਤੋਂ 12 ਵਜੇ ਇਨਸ਼ਾਅੱਲਾ 7:30 ਵਜੇ ਤੱਕ ਅਸੀਂ ਲਾਹੌਰ ਪਹੁੰਚ ਜਾਵਾਂਗੇ ਅੱਲਾ ਕਹਿਰ ਕੀਤੇ। ਔਰ ਮਾਸ਼ਾਅੱਲਾ ਬੜਾ ਮਜ਼ਾ ਆਇਆ, ਚੋਈ ਸਾਹਿਬ ਦੇ ਕੋਲ ਰਹੇ ਹਾਂ, ਗੱਲਾਂ ਕੀਤੀਆਂ ਨੇ, ਸਾਰੀ ਰਾਤ ਨਹੀਂ ਸੁੱਤੇ, ਮਾਸ਼ਾਅੱਲਾ ਸਾਡੀਆਂ ਗੱਲਾਂ ਹੀ ਨਹੀਂ ਮੁੱਕੀਆਂ। ਔਰ ਮਾਸ਼ਾਅੱਲਾ ਚੋਈ ਸਾਹਿਬ ਜਿਵੇਂ ਆਪ ਪਿਆਰੇ ਨੇ, ਉਹਦੀ ਮਾਸ਼ਾਅੱਲਾ ਗੱਡੀ ਪਿਆਰੀ ਰੱਖੀ ਹੈ, ਔਰ ਸੁਨਾਰੇ ਆਦਮੀ ਨੇ ਜਿਹਦੇ ਵਾਸਤੇ ਰਹਿਣ, ਖੁਸ਼ ਰਹਿਣ, ਆਬਾਦ ਰਹਿਣ, ਅੱਲਾਹ ਤਾਲਾ ਇਹਨਾਂ ਨੂੰ ਇੰਜੀ ਰੱਖੇ ਅਤੇ ਸਾਡੀ ਖਿਦਮਤ ਕਰਦੇ ਰਹਿਣ। ਹੁਣ ਇਨਸ਼ਾਅੱਲਾ ਆਉਂਦੇ ਜਾਂਦੇ ਰਹਾਂਗੇ, ਸਮੇਂ ਜਾਓ ਜੀ, ਇਹ ਸਾਡਾ ਆਪਣਾ ਘਰ ਹੈ ਅੱਲਾਹ ਦੇ ਹੁਕਮ ਦੇ ਨਾਲ, ਅਤੇ ਜਨਾਬ ਇਨਸ਼ਾਅੱਲਾ ਇਹ ਪਿਆਰ ਜਿਹੜਾ ਨਾ ਇਹ ਵਧੇਗਾ। ਔਰ ਇਸ ਨਨਕਾਣਾ ਸਾਹਿਬ ਜਾਂ ਲਾਹੌਰ, ਇਹ ਹੁਣ ਇਹਨਾਂ ਦਾ ਆਪਣਾ ਘਰ ਹੈ, ਔਰ ਇਹ ਵਾਅਦਾ ਕਰਨਗੇ ਤੁਹਾਡੇ ਸਾਹਮਣੇ ਕਿ ਸਾਨੂੰ ਜ਼ਰੂਰ ਆਉਣਗੇ ਇਨਸ਼ਾਅੱਲਾ ਜੀ, ਜਦੋਂ ਪਾਕਿਸਤਾਨ ਆਇਆ ਅਸੀਂ ਡਾਕਟਰ ਸਾਹਿਬ ਤੋਂ ਪੂਰਾ ਅਰਜ਼ੀ ਲਵਾ ਜੀ। ਮਿਹਰਬਾਨੀ ਬਹੁਤ ਮਿਹਰਬਾਨੀ, ਜਿਹਦੇ ਵਾਸਤੇ ਯਾਦ ਰੱਖੋ, ਆ ਰਹੇ ਹਾਂ ਜਨਾਬ ਲਾਹੌਰ ਏਅਰਪੋਰਟ 'ਤੇ, ਸਾਰੇ ਭਾਈ ਪਹੁੰਚੋ ਅੱਲਾਹ ਨੂੰ ਯਾਦ ਕਰਕੇ, 7:30 ਵਜੇ ਅਸੀਂ ਜਨਾਬ ਇਨਸ਼ਾਅੱਲਾ ਸਾਡਾ ਪਹੁੰਚ ਜਾਵਾਂਗੇ ਇਨਸ਼ਾਅੱਲਾ ਅੱਲਾਹ ਕਰ ਇਨਸ਼ਾਅੱਲਾ।